ਇੰਡਸਟਰੀ ਦੀਆਂ ਸਭ ਤੋਂ ਤੇਜ਼ ਖਬਰਾਂ ਦੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਣਾ। ਲਾਲੀ ਬਾਈ ਸਤਿ ਸ਼੍ਰੀ ਅਕਾਲ ਜੀ। ਲਾਲੀ ਬਾਈ ਦੋ ਤੁਹਾਡੇ 2 ਮਿੰਟ ਲੈਣਾ ਚਾਹੁੰਦੇ। ਲਾਲੀ ਬਾਈ ਗੁਰਜੰਟ ਸਿੰਘ ਨੇ ਮੈਨੂੰ ਫੋਨ ਕੀਤਾ, ਇਹ ਚੀਜ਼ ਵਿੱਚ ਕਿੰਨੀ ਸੱਚਾਈ ਹੈ? ਤੁਸੀਂ ਸਾਨੂੰ ਪ੍ਰੂਫ ਦਿਖਾ ਸਕਦੇ ਵੀ ਸਾਨੂੰ ਵਾਕਈ ਗੁਰਜੰਟ ਨੇ ਫੋਨ ਕੀਤਾ ਜਾਂ ਨਹੀਂ? ਪਹਿਲਾਂ ਤਾਂ ਗੱਲ ਵੀਰੇ ਵਾਲੀ ਹੈ ਹਨਾ, ਤੇ ਤੁਹਾਡੇ ਸਾਹਮਣੇ ਸਭ ਦੇ ਮੂਹਰੇ ਆਈ ਗਿਆ ਗਾਣਾ ਵਿਚੋਲਣੇ, ਗਾਣਾ ਯੂਟਿਊਬ ਦੇ ਉੱਤੇ ਵਿਚੋਲਣੇ ਬਾਈ ਲਾਲੀ ਸ਼ੇਰਗੜੀਆ ਸਰਚ ਕਰ ਲਿਓ, ਗਾਣਾ ਮੂਹਰੇ ਹੀ ਪਿਆ ਹਨਾ। ਅਤੇ ਵੀਰੇ ਹੁਣ ਗੱਲ ਕਰਨ ਦਾ ਮੈਨੂੰ ਲੱਗਦਾ ਕੋਈ ਮੁੱਦਾ ਨਹੀਂ, ਕਿਉਂਕਿ ਉਹ ਤਾਂ ਬੱਬੂ ਗੋਤੇ ਮੰਗਣਾ ਚੁੱਪ ਕਰਕੇ ਬਹਿ ਗਏ ਹਨਾ। ਜੇ ਐਡੇ ਸੱਚੇ ਹੁੰਦੇ ਤਾਂ ਮੈਨੂੰ ਕਿਸੇ ਗੱਲ ਦਾ ਜਵਾਬ ਦਿੰਦੇ। ਅਤੇ ਲਾਲੀ ਜੀ ਗੱਲ ਇੱਦਾਂ ਵੀ ਤੁਹਾਡੇ 'ਤੇ ਇਲਜ਼ਾਮ ਬਹੁਤ ਲੱਗੇ ਨੇ ਵੀ ਲਾਲੀ ਸ਼ੇਰਗੜੀਆ ਪਬਲਿਸਿਟੀ ਸਟੰਟ ਖੇਡ ਰਿਹਾ, ਅਸੀਂ ਵਾਕਈ ਸਟੰਟ ਖੇਡ ਰਹੇ ਹਾਂ? ਯਾਰ ਸਟੰਟ ਵਾਲੀ ਕਿਹੜੀ ਗੱਲ ਆ, ਮੈਨੂੰ ਐਗਰੀਮੈਂਟ ਦੇ ਦਿੰਦੇ ਮੈਂ ਚੁੱਪ ਚਾਪ ਆਪਣਾ 2015 'ਚ ਗਾਣਾ ਕਰ ਦਿੰਦਾ, ਜਿਹਦਾ ਸਟੰਟ ਖੇਡਣਾ ਹੀ ਨਹੀਂ ਸੀ। ਅਤੇ ਉਹ ਤਾਂ ਠੀਕ ਹੈ ਲਾਲੀ, ਜਿੱਦਾਂ ਤੁਸੀਂ ਗੁਰਜੰਟ ਸਿੰਘ ਨੂੰ ਕਿਹਾ ਵੀ ਗੁਰਜੰਟ ਸਿੰਘ ਕਹਿੰਦਾ ਵੀ ਬੱਬੂ ਮਨ ਮਾੜੇ ਗਾਣੇ ਗਾਉਂਦਾ ਵੀ ਮਾੜੇ ਗਾਣੇ ਗਾਉਣ ਦੀ ਮਤਲਬ ਵੀ ਹੋਰ ਕਲਾਕਾਰ ਵੀ ਮਾੜੇ ਗਾਣੇ ਗਾਉਂਦੇ ਆ ਵੀ ਉਹਨਾਂ ਨੂੰ ਕਾਹਤੇ ਨਹੀਂ ਬੋਲਦਾ ਇਸ ਵਿੱਚ ਵੀ ਮਤਲਬ ਵੀ ਉਹ ਗੁਰਜੰਟ ਸਿੰਘ ਆਪਣਾ ਫੇਮ ਕਰਨਾ ਚਾਹੁੰਦਾ? ਯਾਰ ਗੁਰਜੰਟ ਸਿੰਘ ਤਾਂ ਸੋਚ ਲਓ ਵੀ ਉਹ ਬੰਦਾ ਹੈ ਹੀ ਨਹੀਂਗਾ, ਗੁਰਜੰਟ ਸਿੰਘ ਤਾਂ ਇੱਕ 0 ਬੰਦਾ, ਉਹ ਦੁਨੀਆ 'ਤੇ ਹੈ ਜਾਂ ਨਾ ਹੈ ਹੈ ਨਾ। ਅਤੇ ਗੁਰੂ ਦੇ ਬਾਣੇ ਦੇ ਵਿੱਚ ਉਹ ਉਰੇ ਦੀਆਂ ਕੁੜੀਆਂ ਨੂੰ ਤਾਂ ਕੰਜਰੀਆਂ ਕਹਿ ਗਿਆ, ਅਤੇ ਉੱਥੇ ਦੀਆਂ ਕੁੜੀਆਂ ਨੂੰ ਗਲਤ ਕਹਿੰਦਾ ਵੀ ਉਹ $40 ਮੰਗਦੀ ਹੈ। ਯਾਰ ਇੱਦਾਂ ਕਦੇ ਹੋ ਸਕਦਾ? ਤੁਸੀਂ ਖੁਦ ਸੋਚੋ ਕਿੰਨੀ ਵਾਰ ਆਪਾਂ ਰਾਤਾਂ ਨੂੰ ਆਏ ਹਾਂ, ਜਾਂ ਜੇ ਉੱਥੇ ਦੀਆਂ ਕੁੜੀਆਂ ਤਾਂ ਉਰੇ ਵੀ ਕੁੜੀਆਂ ਨੇ, ਕਦੇ ਕਿਸੇ ਨੇ ਤੁਹਾਡੇ ਨਾਲ ਇਹ ਬੀਤੀ ਆ ਵੀ ਤੁਹਾਨੂੰ ਗੱਡੀ ਦੇ ਵਿੱਚ ਤੁਸੀਂ ਕਿਸੇ ਨੂੰ ਲਿਫਟ ਦੇ ਤੀ, ਉਹ ਤੁਹਾਨੂੰ ਕਹਿੰਦੀ ਆ ਮੈਨੂੰ ਪੈਸੇ ਦੇ ਨਾਲ $40 ਕਿੱਡੀ ਕੁ ਚੀਜ਼ ਹੁੰਦੀ ਆ? ਅਤੇ ਨੰਬਰ 2 ਬੱਬੂ ਬਾਈ ਦੇ ਮੁਕਾਬਲੇ 'ਚ ਤਾਂ ਉਹ ਜੋਤੀ ਵਰਗਾ ਵੀ ਨਹੀਂ ਉਹਦੀ ਵਰਗਾ। ਮਤਲਬ ਤੁਸੀਂ ਕਹਿਣਾ ਚਾਹੁੰਦੇ ਵੀ ਤੁਸੀਂ ਵੀ ਬੱਬੂ ਮਾਨ ਦੇ ਕੱਟੜ ਫੈਨ ਹੋ? ਯਾਰ ਫੈਨ ਕੌਣ ਦੀ ਇੰਡਸਟਰੀ ਦੇ ਵਿੱਚ, ਮੈਂ ਇੰਨੇ ਸਿੰਗਰਾਂ ਦੇ ਨਾਂ ਲੈ ਸਕਦਾ ਜਿਹੜੇ ਬਾਈ ਦੀ ਫੋਟੋ ਨੂੰ ਮੱਥਾ ਟੇਕ ਕੇ ਸਟੇਜੀ ਸ਼ੋਅ ਲਾਉਂਦੇ। ਯਾਰ ਨਵੇਂ ਕਲਾਕਾਰਾਂ ਕੋਲ ਜਿੰਨੇ ਵੀ ਕਲਾਕਾਰ ਆ ਕਿੰਨੇ ਕੁ ਗਾਣੇ ਆ? ਬਾਈ ਨੇ ਤਕਰੀਬਨ 150-200 ਗਾਣਾ ਗਾਇਆ ਹੋਇਆ। ਕੋਈ ਕਲਾਕਾਰ ਮੈਨੂੰ ਇਹ ਕਹਿ ਦੇਵੇ ਵੀ ਉਹਦਾ ਗਾਣਾ ਬਿਨਾਂ ਗਾਏ ਅਸੀਂ ਸਟੇਜ ਲਾਈ ਆ? ਅਤੇ ਰਹੀ ਗੁਰਜੰਟ ਦੀ ਗੱਲ, ਗੁਰਜੰਟ ਸਿੰਘ ਜੇ ਐਡਾ ਆਪਣੇ ਆਪ ਨੂੰ ਸਮਝਦਾ ਵੀ ਹਾਂ ਮੈਂ ਬਹੁਤ ਅੰਮ੍ਰਿਤਧਾਰੀ ਹਾਂ ਜਾਂ ਮੈਂ ਬਹੁਤ ਸੋਚ ਰਿਹਾ ਸੱਭਿਆਚਾਰ ਬਾਰੇ, ਅਤੇ ਉਹ ਬੰਦਾ ਘੱਟੋ ਘੱਟ ਬਾਬਾ ਨਾਨਕੇ ਗਾਣਾ ਗਾ ਲੈਂਦਾ, ਮਾਨ ਸਾਹਿਬ ਨੇ ਗਾਣਾ ਗਾਇਆ, ਸਿੰਘ ਮਾਰਦੇ ਠੋਕਰ ਦਾਦਾ ਦਾਖਤਾਂ ਨੂੰ ਉਹਨਾਂ ਨੇ ਗਾਇਆ, ਅੱਜ ਸੰਗਰਾਂਦ ਹੈ ਉਹਨਾਂ ਨੇ ਬਹੁਤ ਚੰਗੇ ਗਾਣੇ ਗਾਏ, ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ ਅਤੇ ਆਸ ਬਣਾ ਦੂੰਗਾ, ਕਿਹੜੇ ਮੋਦੀ ਨੂੰ ਵਿੱਚ ਟਾਰਗੇਟ ਕੀਤਾ, ਕਈ ਗੱਲਾਂ ਜਿੱਥੇ ਮੋਦੀ ਦੀਆਂ ਗਲਤ ਲੱਗੀਆਂ। ਠੀਕ, ਇਹ ਬੰਦੇ ਸਰ ਇੱਕ ਬੰਦੇ ਨੂੰ ਲੈਣਾ ਪੰਗਾ ਹੋਰ ਨਾਲ ਲੈ ਲਓ ਭਾਈ, ਪਬਲਿਸਿਟੀ ਕਾਹਦੇ ਇਕੱਠੀ ਕਰਦੇ? ਗੱਲ ਇੱਦਾਂ ਵੀ ਜਿੱਦਾਂ ਕਿ ਗੁਰਜੰਟ ਸਿੰਘ ਨਾ ਸਟਾਰਾਂ ਬਾਰੇ ਜ਼ਿਆਦਾ ਗਲਤ ਬੋਲਦਾ ਵੀ ਉਹ ਸਰ, ਜਿਵੇਂ ਸੋਸ਼ਲ ਮੁੱਦੇ ਹੁੰਦੇ ਆ ਵੀ ਜਿੱਥੇ ਆਪਣੇ ਮਤਲਬ ਪੰਜਾਬ ਦੀ ਗੱਲ ਇਤਿਹਾਸ ਦੀ ਗੱਲ ਆਉਂਦੀ ਆ ਉੱਥੇ ਗੁਰਜੰਟ ਸਿੰਘ ਪਿੱਛੇ ਹਟਣ ਦੀ ਕੋਸ਼ਿਸ਼ ਕਰਦਾ ਵੀ ਮੈਂ ਬਾਈ ਪਿੱਛੇ ਹਟਣ ਦੀ ਗੱਲ ਪਤਾ ਕੀ ਹੈ, ਹੁਣ ਬਾਹਰ ਬਹਿ ਕੇ ਤਾਂ ਮੈਂ ਜਿੰਨੇ ਮਰਜ਼ੀ ਝੰਡੇ ਚੱਕੀ ਆ, ਗੁਰਜੰਟ ਸਿੰਘ ਉਰੇ ਆਵੇ ਉਰੇ ਆ ਕੇ ਡਾਂਗਾਂ ਖਾਵੇ ਲੋਕਾਂ ਵਾਂਗੂ ਹੈ ਨਾ, ਜਿਹੜਾ ਤਾਪ ਹੈ ਦੇਖੋ ਜਿਹੜਾ ਉਰੇ ਜੋ ਉਰੇ ਦੇ ਹਾਲਾਤ ਆ ਉਹ ਤਾਂ ਇੱਕ ਆਮ ਬੰਦਾ ਨਵਾਉਂਦਾ, ਇਹ ਤਾਂ ਬਾਹਰ ਬੈਠੇ ਬੋਲ ਰਹੇ ਹਾਂ ਬਿਨਾਂ ਗੱਲ ਤੋਂ, ਇਹ ਹੋ ਗਿਆ ਜੀ ਉਹ ਹੋ ਗਿਆ, ਐਂ ਕਰ ਦਾਂਗੇ ਉਹ ਕਰ ਦਾਂਗੇ, ਫਲਾਣੇ ਦਾ ਖਾੜਾ ਬੰਦ ਕਰ ਦਾਂਗੇ, ਲਾਲੀ ਸ਼ੇਰਗੜੀਆ ਮੇਰੇ ਬਾਰੇ ਬੋਲਿਆ ਉਹਨੂੰ ਕਾਲ ਕਰਕੇ ਜੀ ਤੈਨੂੰ ਅਸੀਂ ਖਾੜਾ ਨਹੀਂ ਲਾਉਣਾ, ਐਵੇਂ ਕਹਿ ਮੈਂ ਲਾਉਣਾ 36 ਫਿਰਦੇ ਦੇ ਵਰਗੇ ਭੂਕ ਨੇ ਇੱਥੇ ਮਾਰਕੀਟ 'ਚ। ਗੱਲ ਇੱਦਾਂ ਵੀ ਗੁਰਜੰਟ ਸਿੰਘ ਡਰ ਰਿਹਾ, ਉਹਦੇ ਮਨ ਵਿੱਚ ਡਰ ਵੀਰੇ, ਡਰ ਤਾਂ ਹੈਗਾ ਹੀ ਆ, ਮੇਰੇ ਕੋਲ ਤਾਂ ਇੱਕ ਉਹਦੀ ਗੱਲ ਦਾ ਜਵਾਬ ਹੈ ਵੀ ਨਾ ਬੋਲਦੇ ਹਾਂ ਨਾ ਬੁਲਾਉਂਦੇ ਹਾਂ, ਤੀਜੀ ਵਾਰੀ ਫਿਰ ਪੱਕਾ ਪੈਂਚਰ ਲਾਉਂਦੇ ਹਾਂ, ਯੂਥ ਜ਼ਰੂਰ ਘੁਮਾ ਦਾਂਗੇ ਵੀਰੇ। ਅਤੇ ਥੋੜ੍ਹਾ ਬਹੁਤ ਧੰਨਵਾਦ ਜੀ, ਥੈਂਕ ਯੂ ਵੀਰੇ ਸਮਾਂ ਦੇਣ ਵਾਸਤੇ। ਓਕੇ ਬਾਈ।